ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਕਰਨਵੀਰ ਵੀਰ ਦੋ ਤੇ ਮੇਰੇ ਨਾਲ ਮੇਰੇ ਵਲੌਗ ਯੂਜ਼ਰਸ ਤੇ ਆਪਾਂ ਅੱਜ ਮਤਲਬ ਕਿ ਮੋਮੋਸ ਖਾਣ ਆਏ ਆ ਆਪਣੇ ਇੱਥੋਂ ਦੀ ਮਾਰਕੀਟ ਦੀ ਬਹੁਤ ਹੀ ਫੇਮਸ ਹੈਗੀ ਸ਼ੋਪ ਤੇ ਪਲੀਜ਼ ਮੈਂ ਤੁਹਾਨੂੰ ਨਾਲੇ ਥੋੜਾ ਜਿਹਾ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵਿਚਾਰੇ ਖਲੋਤੇ ਹੁੰਦੇ ਆ ਸੜਕਾਂ ਤੇ ਜਾਂ ਮਤਲਬ ਕਿ ਗਰੀਬਾਂ ਤੋਂ ਥੋੜਾ ਮਤਲਬ ਕਿ ਖਾਇਆ ਕਰੋ ਠੀਕ ਹੈ ਥੋੜਾ ਮਤਲਬ ਕਿ ਗਰੀਬਾਂ ਤੋਂ ਖਾਇਆ ਕਰੋ ਯਾਰ ਲੋ ਕਲਾਸ ਤੋਂ ਥੋੜਾ ਖਾਇਆ ਕਰੋ ਕਿਉਂਕਿ ਯਾਰ ਇਹ ਸਵੇਰ ਤੋਂ ਵਿਚਾਰੇ ਧੁੱਪੇ ਖਲੋਂਦੇ ਆ ਤੇ ਇੰਨੀ ਮਿਹਨਤ ਕਰਦੇ ਆਪਣੇ ਬੱਚੇ ਵਾ ਉਹਨੂੰ ਪਾਲਦੇ ਆ ਤੇ ਪਲੀਜ਼ ਇਹਨਾਂ ਕੋਲ ਖਾਇਆ ਕਰੋ ਹੁਣ ਆਪਾਂ ਭਾਜੀ ਕੋ ਆਏ ਹਾਂ ਤੇ ਤੁਹਾਨੂੰ ਦਿਖਾਉਂਦੇ ਆ ਜੀ ਉਹਨਾਂ ਦੀ ਸ਼ੌਪ ਹੁਣ ਤੇਰੇ ਭਾਈ ਤੁਸੀਂ ਇਹਨਾਂ ਦਾ ਇੰਟਰੋਡਕਸ਼ਨ ਲੈ ਲਓ ਇੰਟਰੋਡਕਸ਼ਨ ਆਪਣਾ ਪੂਰਾ ਨਾਮ ਅਨੇ ਉਪਕਾਰੀ ਆ ਪਿਤਾ ਦਾ ਨਾਮ ਸਰ ਭਾਈ ਦੱਸੋ ਤੁਸੀਂ ਮਤਲਬ ਕਿੱਥੇ ਜਗ੍ਹਾ ਲਾਗੇ ਪੂਰਾ ਐਗਜ਼ੈਕਟ ਐਡਰੈਸ ਦੱਸੋ ਸਰ ਗੋਪਾਲ ਮੰਦਿਰ ਤੋਂ ਥੋੜਾ ਜਿਹਾ ਥੋੜੀ ਜੀ ਬੋਲੋ ਥੋੜਾ ਜਿਹਾ ਅੱਗੇ ਗੋਪਾਲ ਮੰਦਿਰ ਤੋਂ ਥੋੜੀ ਜੀ ਨੀਅਰ ਬਾਈ ਗੋਪਾਲ ਮੰਦਿਰ ਲਾ ਲਓ ਠੀਕ ਹੈ ਇੱਥੇ ਕਿਹੜੀ ਦੁਕਾਨ ਹੈਗੀ ਆ ਬਿਲਕੁਲ ਆ ਵੇ ਲੋ ਆਪੋਜ਼ਿਟ ਕਰਨ ਦੀ ਆ ਗੋਪਾਲ ਮੰਦਿਰ ਆ ਸਾਹਮਣੇ ਵੇ ਲੋ ਜੀ ਇਸ ਤਰ੍ਹਾਂ ਕਰ ਕਿਰਨ ਫਰਨੀਚਰ ਹੈਗਾ ਜੀ ਨੀਅਰ ਬਾਈ ਗੋਪਾਲ ਮੰਦਿਰ ਕਿਹੜੀ ਸ਼ੋਪ ਹੈ ਰਾਜੋ ਸਰਵਨ ਸਰਵਨ ਆ ਦੇਖ ਲਓ ਆ ਬੋਰਡ ਦਿਖਾ ਦੇ ਬਾਲਾਜੀ ਮੋਮਸ ਬਾਲਾਜੀ ਜ਼ਰੂਰ ਮਸਟ ਵਿਜ਼ਿਟ ਕਰੋ ਮਸਟ ਵਿਜ਼ਿਟ ਕਰੋ ਭਾਈ ਕੋ ਬਹੁਤ ਵਧੀਆ ਮੋਮਸ ਬਣਾਉਂਦੇ ਆ ਖਾਓ ਭਾਈ ਮੋਮਸ ਖਾਓ ਜ਼ਰੂਰ ਓਏ ਹੋਏ ਹੋਏ ਕੀ ਸਟੀਮ ਹੈ ਯਾਰ ਕੀ ਸਟੀਮ ਜ਼ਰੂਰ ਮਤਲਬ ਕਿ ਵਿਜ਼ਿਟ ਕਰੋ ਬਹੁਤ ਵਧੀਆ ਨੇਚਰ ਭਾਈ ਹੋਣਾ ਦਾ ਜਾਣਾ ਮੈਨੂੰ ਚਾਚਾ ਕਹਿੰਦੇ ਇਸ਼ਕ ਦਾ ਭਾਜੀ ਇਸ਼ਕ ਮੋਮਸ ਚਾਚਾ ਜਾਣਾ ਚਾਚਾ ਵੀ ਜਾਣਾ ਪੂਰੀ ਬਾਗ ਵੀ ਛੁੱਟੀ ਜੇ ਭਾਈ ਕੀ ਕਮਾਲ ਲੱਗੇ ਤੁਹਾਨੂੰ ਕਿਹੜੇ ਮੋਮਸ ਬਣਾਉਂਦੇ ਲਾਈਵ ਮੋਮਸ ਸਰ ਮਲਾਈ ਮੋਮਸ ਓ ਮਾਈ ਗੋਡ ਹੋਰ ਕਿਹੜੇ ਕਿਹੜੇ ਮੋਮਸ ਹੈਗੇ ਜੀ ਭਾਈ ਵੈਜ ਮੋਮਸ ਤੇ ਪਨੀਰ ਮੋਮਸ ਥੋੜੀ ਉੱਚੀ ਤੇ ਬੋਲੋ ਵੈਜ ਮੋਮਸ ਔਰ ਪਨੀਰ ਮੋਮਸ ਉਹਦਾ ਬਣਾ ਲੈ ਲੇਟ ਲੈਣ ਦੇ ਭਾਈ ਜੀ ਪਾਣ ਦੇ ਫਿਰ ਵੀਡੀਓ ਕਿੱਦਾਂ ਬਣਾ ਮੇਰਾ हड्डिया कर दो यार खाली हो गए भाई जल्दी करो यार इधर ताजी जल्दी करो यार आप जाना घरे सामने बहुत ही वधिया हैगी इन्हां दी दुकान जी जरूर विजिट करियो मेरा भरा भाई किन्ने दे दिंदे ये भी तो दसो सर ये 60 की प्लेट 60 की प्लेट कौन से पनीर वाले पनीर मलाई मोमोस पनीर मलाई मोमोस ओके 60 की प्लेट ਆਪਾਂ ਭਾਈ ਨੂੰ 4 ਪਲੇਟਾਂ ਗਈਆਂ ਤੇ ਭਾਈ ਨੇ ਲੈ 2 ਹੀ ਕੀਤੀਆਂ ਜੀ ਹਾਂਜੀ ਓਏ 2 ਪਲੇਟਾਂ ਆਈਆਂ ਇਹ ਕਿੰਨੇ ਕਿੰਨੇ ਖਾਣੀਆਂ ਇਹ ਦੱਸ ਦਿਓ ਬਸ ਮੈਂ 2 ਨੂੰ ਮੇਰੀ ਇੱਕ ਮੇਰੀ ਇੱਕ ਇਹਦੀ ਬਾਕੀ ਤੁਹਾਡੀ ਕਿੱਥੇ ਆ ਹਾਂ ਮੈਂ ਖਾਣ ਲੱਗੀ ਬਸ ਤੇ ਕੋਈ ਲੰਗਰ ਛਕਿਆ ਜਾ ਰਿਹਾ ਹੈ ਆ ਭਾਈ ਹੁਣੇ ਲੰਗਰ ਲਾਇਆ ਚ ਕਰਨਾ ਕਿਦਾਂ ਬਹੁਤ ਟੇਸਟੀ ਹੈ ਭਾਈ ਜਰੂਰ ਵਿਜ਼ਿਟ ਕਰਿਓ ਜਰੂਰ ਬਹੁਤ ਜ਼ਿਆਦਾ ਟੇਸਟੀ ਹੈ ਪਨੀਰ ਮੋਮੋਸ ਹੈ ਇੱਕ ਵਾਰੀ ਆਪਣੀ ਜਨਤਾ ਨੂੰ ਫੀਲਿੰਗ ਚੈੱਕ ਕਰਾਓ ਅੰਦਰ ਦੀ ਮੋਮੋਸ ਦੇ ਅੰਦਰ ਦੀ ਫੀਲਿੰਗ ਚੈੱਕ ਕਰਾਓ ਆ ਦੇਖੋ ਆ ਬਿਲਕੁਲ ਕਾਂਚੀ ਉਹ ਹੈ ਤੁਸੀਂ ਪਨੀਰ ਚੈੱਕ ਕਰ ਸਕਦੇ ਹੋ ਪਿਓਰ ਦੇਸੀ ਪਨੀਰ ਪਾਇਆ ਹੋਇਆ ਵਿੱਚ ਆਪਾਂ ਦੋਵਾਂ ਨੇ ਮੋਮੋਸ ਖਾ ਲਏ ਆ ਜੀ ਠੀਕ ਹੈ ਤੇ ਆ ਗਰੀਬਾਂ ਨੂੰ ਕੋਈ ਇਹਨਾਂ ਨੂੰ ਹੁਣ ਮੋਮੋਸ ਮਿਲੇ ਜੀ ਹਾਏ ਹਾਏ ਅੱਧੇ 1 ਘੰਟੇ ਬਾਅਦ ਮੋਮੋਸ ਮਿਲੇ ਜੀ ਕੀ ਕਰੀਏ ਹੁਣ ਕੀ ਕਰੀਏ ਪੈਸੇ ਦਿਆ ਕਰੋ ਨਾ ਟਾਈਮ ਸਿਰ ਤੇ ਫੇਰ ਹੀ ਦੇਣਗੇ ਉਹ ਵੀ ਖਾਲਾ ਖਾਲਾ ਹੁਣ ਜਲਦੀ ਖਾ ਚੱਲੀਏ ਘਰੇ ਮੰਮੀ ਕੋ ਪੈਸੇ ਮੰਗਣ ਚੱਲ ਗਿਆ ਮੰਮੀ ਪੈਸੇ ਨਹੀਂ
ਇਧਰ ਇਧਰ ਦਿਖਾਈ ਜਪਾਨੀ ਮੂੰਹ ਦਿਖਾਈ ਇਧਰ ਨੂੰ ਓ ਮੰਮੀ ਨੇ ਤੇ ਆਓ ਯਾਰ ਜਲਦੀ ਆਓ ਚੱਲੀਏ ਫਿਰ ਬੁਗਣੀ ਥੋੜੀ ਹੈ ਤੇ ਬਸ ਬਸ ਹਲੋ ਐ ਜੋ ਜਾ ਲੱਗੀ ਹੈ ਇਕੱਠੀ ਕੈਸ਼ 2 ਲੱਖ ਰੁਪਏ ਹਲੋ ਭਾਈ ਭਾਈ ਆ ਵੜੋ ਤੇ ਬਹੁਤ ਵਧੀਆ ਲੱਗਾ ਤੁਹਾਡੇ ਵਾਹ ਫੇਰ ਆਵਾਂਗੇ ਠੀਕ ਹੈ ਬਾਏ ਬਾਏ ਕਰ ਦੋ खावांगे मिलते अगले ब्लॉग च बाय बाय।